ਪ੍ਰਾਈਮ ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਇਸ ਦੁਨੀਆਂ ਦੇ ਉੱਤੇ ਸਦਾ ਕਿਸੇ ਨੇ ਵੀ ਬੈਠੇ ਨਹੀਂ ਰਹਿਣਾ, ਕਿਸੇ ਨੇ ਪਹਿਲਾਂ ਕਿਸੇ ਨੇ ਮਗਰੋਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ, ਯਾਨੀ ਕਿ ਸਾਡੀ ਮੌਤ ਤੈਅ ਆ। ਸਿਆਣੇ ਇਹ ਗੱਲ ਕਹਿੰਦੇ ਆ ਵੀ ਮੌਤ ਸਭ ਤੋਂ ਵੱਡਾ ਸੱਚ ਹੈ ਅਤੇ ਜ਼ਿੰਦਗੀ ਬਹੁਤ ਝੂਠ ਵਰਗੀ ਆ। ਇਸ ਕਰਕੇ ਆਪਣੀ ਜ਼ਿੰਦਗੀ ਦੇ ਇੱਕ ਇੱਕ ਪਲ ਨੂੰ ਆਖਰੀ ਮੰਨ ਕੇ ਚੱਲੀਏ, ਆਪਣੇ ਇੱਕ ਇੱਕ ਦਿਨ ਨੂੰ ਅਸੀਂ ਆਖਰੀ ਸਮਝ ਕੇ ਕੰਮ ਕਰੀਏ, ਜਨੂੰਨ ਦੇ ਨਾਲ, ਇਮਾਨਦਾਰੀ ਦੇ ਨਾਲ, ਮਿਹਨਤ ਦੇ ਨਾਲ ਅਤੇ ਦਿਆਨਤਦਾਰੀ ਦੇ ਨਾਲ ਕੰਮ ਹੋਣੇ ਚਾਹੀਦੇ ਆ। ਜਦੋਂ ਕਿ ਬੰਦਾ ਚੱਲਦਾ ਫਿਰਦਾ ਤੁਰ ਜਾਂਦਾ ਇਸ ਜਹਾਨ ਨੂੰ ਅਲਵਿਦਾ ਕਹਿ ਜਾਂਦਾ ਤਾਂ ਉਹਦੇ ਜਾਣ ਦਾ ਦੁੱਖ ਸਭ ਤੋਂ ਵੱਧ ਇਸ ਕਰਕੇ ਹੁੰਦਾ ਕਿਉਂਕਿ ਜੇਕਰ ਬੰਦਾ ਬਿਮਾਰ ਸ਼ਮਾਰ ਹੋਵੇ ਅਸੀਂ ਉਹਦਾ ਇਲਾਜ ਕਰਵਾਉਂਦੇ ਹਾਂ ਜਿੰਨੀ ਕੁ ਸਾਡੀ ਵਿੱਤੀ ਪਹੁੰਚ ਹੈ। ਫਿਰ ਸਾਡੇ ਮਨ ਨੂੰ ਇੱਕ ਤਸੱਲੀ ਰਹਿੰਦੀ ਹੈ ਵੀ ਅਸੀਂ ਤਾਂ ਇਲਾਜ ਕਰਵਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਬਾਕੀ ਕੁਦਰਤ ਨੂੰ ਜਿਵੇਂ ਮਨਜ਼ੂਰ, ਮਹਾਰਾਜ ਨੂੰ ਜਿਵੇਂ ਮਨਜ਼ੂਰ ਸੀ ਉਵੇਂ ਹੋ ਗਿਆ। ਪਰ ਜੇਕਰ ਬੰਦਾ ਸੁੱਤਾ ਪਿਆ ਹੋਵੇ ਮੰਨ ਲਓ ਅਤੇ ਤੜਕੇ ਤੁਸੀਂ ਉਠਾਉਣ ਦੀ ਕੋਸ਼ਿਸ਼ ਕਰੋ ਅਤੇ ਉਹ ਉੱਠੇ ਹੀ ਨਾ, ਤੁਹਾਡੇ ਮਨ ਦੇ ਵਿੱਚ ਸਾਰੀ ਉਮਰ ਇੱਕ ਗਿਲਾ ਰਹਿੰਦਾ, ਤੁਹਾਡੇ ਮਨ ਦੇ ਵਿੱਚ ਸਾਰੀ ਉਮਰ ਇੱਕ ਇਹੋ ਜਿਹਾ ਪਰਵਾਹ ਰਹਿੰਦਾ ਵੀ ਤੁਸੀਂ ਸੋਚਦੇ ਹੋ ਕਿ ਇਹ ਸਾਡੇ ਨਾਲ ਕੀ ਹੋ ਗਿਆ, ਇਹ ਸਾਡੇ ਨਾਲ ਕੁਦਰਤ ਨੇ ਦਗਾ ਕਮਾਇਆ। ਬਹੁਤ ਸਾਰੇ ਲੋਕਾਂ ਦੀ ਲੰਘੇ ਵੇਲੇ ਦੇ ਵਿੱਚ ਇਹੋ ਜਿਹੇ ਢੰਗ ਦੇ ਨਾਲ ਮੌਤ ਹੋਈ ਹੈ ਜਿਹਦੇ ਬਾਬਤ ਪਹਿਲਾਂ ਤਾਂ ਕਿਤੇ ਯਕੀਨ ਨਹੀਂ ਸੀ ਆਉਂਦਾ ਅਤੇ ਜਦੋਂ ਯਕੀਨ ਆਇਆ ਉਦੋਂ ਕੁਦਰਤ ਦੇ ਉੱਤੇ ਗਿਲਾ ਸ਼ਿਕਵਾ ਵੀ ਹੋਇਆ। ਪਰ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਗੱਲ ਕਹੀ ਹੈ ਕਿ ਮਰਨਾ ਤਾਂ ਇਹ ਹੈ, ਇਹ ਸਰੀਰ ਆ ਜਿਹੜਾ ਇਹ ਇੱਕ ਮਸ਼ੀਨਰੀ ਵਰਗਾ, ਇਸ ਮਸ਼ੀਨਰੀ ਨੇ ਖਰਾਬ ਵੀ ਹੋਣਾ, ਕਦੇ ਮਸ਼ੀਨ ਠੀਕ ਵੀ ਹੋ ਜਾਂਦੀ ਹੈ ਅਤੇ ਕਦੇ ਮਸ਼ੀਨ ਆ ਜਿਹੜੀ ਉਹ ਬਿਲਕੁਲ ਖਤਮ ਹੋ ਜਾਂਦੀ ਹੈ, ਖਰਾਬ ਹੋ ਜਾਂਦੀ ਹੈ, ਜਿਹਦੇ ਠੀਕ ਹੋਣ ਦੀ ਕੋਈ ਆਸ ਨਹੀਂ ਬੱਝਦੀ। ਪਰ ਜੇਕਰ ਅਸੀਂ ਪਿਛਲੇ ਇੱਕ ਸਾਲ ਦੇ ਵੱਲ ਦੋਸਤੋ ਦੇਖੀਏ ਤਾਂ ਬਾਲੀਵੁੱਡ ਦੀਆਂ ਮਾਇਆ ਨਗਰੀ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਸਾਨੂੰ ਅਲਵਿਦਾ ਕਹਿ ਗਈਆਂ। ਖਾਸ ਕਰਕੇ 4-5 ਤਾਂ ਇਹੋ ਜਿਹੇ ਲੋਕ ਸਨ ਜਿਨ੍ਹਾਂ ਦਾ ਬਾਲੀਵੁੱਡ ਦੇ ਵਿੱਚ, ਫਿਲਮ ਖੇਤਰ ਦੇ ਵਿੱਚ, ਟੀ ਵੀ ਖੇਤਰ ਦੇ ਵਿੱਚ ਬੜਾ ਵੱਡਾ ਯੋਗਦਾਨ ਸੀ। ਉਹਨਾਂ ਦੇ ਵਿੱਚ ਇੱਕ ਓਮਪੁਰੀ ਸਾਹਿਬ ਵੀ ਸੀ, ਉਹਨਾਂ ਦੇ ਵਿੱਚ ਇੱਕ ਵਿਨੋਦ ਖੰਨਾ ਹੋਰੀ ਵੀ ਸੀ, ਰੀਮਾ ਲਾਗੂ ਜਿਹਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਮਾਂ ਦਾ ਕਿਰਦਾਰ ਨਿਭਾਇਆ ਉਹ ਵੀ ਸੀ, ਉਹਦੇ ਵਿੱਚ ਇੰਦਰ ਕੁਮਾਰ ਵੀ ਸੀ, ਕਈ ਹੋਰ ਲੋਕ ਵੀ ਸੀ। ਉਸੇ ਤਰੀਕੇ ਦੇ ਨਾਲ ਹੁਣ ਇੱਕ ਹੋਰ ਸ਼ਖਸੀਅਤ, ਇੱਕ ਹੋਰ ਅਦਾਕਾਰਾ ਸ਼੍ਰੀਦੇਵੀ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹੋ ਗਈ ਹੈ। ਸ਼੍ਰੀਦੇਵੀ ਦੇ ਬਾਬਤ ਜਦੋਂ ਤੋਂ ਮੌਤ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਕਈ ਤਰ੍ਹਾਂ ਦੀ ਚਰਚਾ ਵੱਖ ਵੱਖ ਥਾਵਾਂ ਦੇ ਉੱਤੇ ਚੱਲੀ ਹੈ। ਜਿਵੇਂ ਅਸੀਂ ਪਹਿਲਾਂ ਗੱਲ ਕਹੀ ਹੈ, ਮਰਨਾ ਤੈਅ ਆ, 54 ਸਾਲ ਦੀ ਉਮਰ ਬਹੁਤੀ ਨਹੀਂ ਹੁੰਦੀ, ਇਸ ਕਰਕੇ ਉਹਦੇ ਜਾਣ ਦਾ ਦੁੱਖ ਜ਼ਰੂਰ ਹੋਇਆ। ਪਰ ਜੇਕਰ ਸ਼੍ਰੀਦੇਵੀ ਜਾਂ ਕੋਈ ਵੀ ਹੋਰ ਮਸ਼ਹੂਰ ਵਿਅਕਤੀ 80 ਸਾਲ ਦੀ ਉਮਰ ਦੇ ਵਿੱਚ ਅਲਵਿਦਾ ਆਖੇ, 90 ਸਾਲ ਦੀ ਉਮਰ 'ਚ ਅਲਵਿਦਾ ਆਖੇ, ਦੁੱਖ ਸਾਨੂੰ ਹੋਣਾ ਤਾਂ ਵੀ ਕੁਦਰਤੀ ਹੈ ਕਿਉਂਕਿ ਅਸੀਂ ਸਾਰੇ ਹੀ ਮਨੋਰੰਜਨ ਦਾ ਪ੍ਰਭਾਵ ਕਬੂਲਦੇ ਹਾਂ, ਘੱਟ ਜਾਂ ਵੱਧ। ਤੁਹਾਡੇ ਲਈ ਕੋਈ ਹੋਰ ਕਲਾਕਾਰ ਬਹੁਤ ਵੱਡਾ ਹੋ ਸਕਦਾ, ਮੇਰੇ ਲਈ ਕੋਈ ਹੋਰ ਹੋ ਸਕਦਾ, ਪਰ ਕਿਉਂਕਿ ਅਸੀਂ ਮਨੁੱਖ ਹਾਂ, ਮਨੁੱਖ ਸੰਵੇਦਨਸ਼ੀਲ ਹੁੰਦਾ, ਮਨੁੱਖ ਦੇ ਸੁਚੇਤ ਅਤੇ ਅਚੇਤ ਦਿਮਾਗ ਦੇ ਉੱਤੇ, ਮਨ ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਦੇ, ਬਹੁਤ ਸਾਰੇ ਗਾਣਿਆਂ ਦੇ ਅਸਰ ਪੈਂਦੇ ਨੇ। ਇਸ ਕਰਕੇ ਸ਼੍ਰੀਦੇਵੀ ਦਾ ਅਸਰ ਆ ਜਿਹੜਾ ਭਾਰਤੀ ਸਿਨੇਮੇ ਦੇ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਵਸਦੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ। ਸ਼੍ਰੀਦੇਵੀ ਨੇ ਤਕਰੀਬਨ 300 ਫਿਲਮਾਂ ਦੇ ਵਿੱਚ ਕੰਮ ਕੀਤਾ। ਸ਼੍ਰੀਦੇਵੀ ਨੇ 4 ਸਾਲ ਦੀ ਉਮਰ ਦੇ ਵਿੱਚ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ ਬਾਲ ਕਲਾਕਾਰ ਦੇ ਤੌਰ ਦੇ ਉੱਤੇ, ਅਤੇ ਸ਼੍ਰੀਦੇਵੀ ਨੇ ਦਰਜਨਾਂ ਦੀ ਗਿਣਤੀ ਦੇ ਵਿੱਚ ਸਿਨੇਮਾ ਪ੍ਰੇਮੀਆਂ ਨੂੰ ਇਹੋ ਜਿਹੀਆਂ ਫਿਲਮਾਂ ਦਿੱਤੀਆਂ ਜਿਹੜੀਆਂ ਉਹ ਕਦੇ ਭੁੱਲ ਨਹੀਂ ਸਕਦੇ। ਭਾਵੇਂ ਅਸੀਂ ਚਾਂਦਨੀ ਦੀ ਗੱਲ ਕਰ ਲੱਗੇ, ਭਾਵੇਂ ਅਸੀਂ ਗੱਲ ਕਰੀਏ ਚਾਲਬਾਜ਼ ਦੀ, ਭਾਵੇਂ ਅਸੀਂ ਗੱਲ ਕਰੀਏ ਸਦਮਾ ਦੀ, ਭਾਵੇਂ ਅਸੀਂ ਗੱਲ ਕਰੀਏ ਨਗੀਨਾ ਦੀ, ਜਾਂ ਅਸੀਂ ਗੱਲ ਕਰ ਲੱਗੇ ਮਿਸਟਰ ਇੰਡੀਆ ਦੀ, ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਨ੍ਹਾਂ ਦੇ ਵਿੱਚ ਸ਼੍ਰੀਦੇਵੀ ਨੇ ਬਾਕਮਾਲ ਅਦਾਕਾਰੀ ਕੀਤੀ। ਉਹਦੀ ਅਦਾਇਗੀ, ਉਹਦਾ ਨਾਚ, ਉਹਦੀ ਅੱਖਾਂ ਦੇ ਨਾਲ ਗੱਲ ਕਰਨ ਦੀ ਅਲੈਦਗੀ ਉਹਨੂੰ ਵੱਖਰਾ ਕਰ ਦਿੰਦੀ ਸੀ। ਸ਼੍ਰੀਦੇਵੀ ਦੀ ਚਰਚਾ ਇਸ ਕਰਕੇ ਵੀ ਸਭ ਤੋਂ ਵੱਧ ਛਿੜੀ ਹੋਈ ਆ ਮਰਨ ਤੋਂ ਬਾਅਦ ਕਿਉਂਕਿ ਉਹ ਅੱਜ ਦੇ ਦੌਰ 'ਚ ਵੀ ਸਰਗਰਮ ਸੀ। ਪਿਛਲੇ ਵਾਰੇ ਉਹਦੀ ਇੱਕ ਫਿਲਮ ਆਈ ਸੀ, ਉਸ ਤੋਂ ਪਿਛਲੇ ਵਾਰੇ ਵੀ ਉਹਨੇ ਇੱਕ ਉੱਦਮ ਕੀਤਾ ਸੀਗਾ ਜਿਹਦੇ ਵਿੱਚ ਘੱਟ ਜਾਂ ਵੱਧ ਸਫਲ ਹੋਣਾ ਇਹ ਕੋਈ ਬਹੁਤੇ ਮਾਇਨੇ ਰੱਖਦੀ ਗੱਲ ਨਹੀਂ। ਸ਼੍ਰੀਦੇਵੀ ਨੇ ਕਿਉਂਕਿ ਕਈ ਦਹਾਕੇ ਹਿੰਦੀ ਸਿਨੇਮੇ ਨੂੰ ਦਿੱਤੇ ਅਤੇ ਉਸ ਵਕਤ ਸ਼੍ਰੀਦੇਵੀ ਹਿੰਦੀ ਸਿਨੇਮੇ ਦੀ ਸੁਪਰ ਸਟਾਰ ਹੀਰੋਇਨ ਦੇ ਤੌਰ ਦੇ ਉੱਤੇ ਚਮਕੀ। ਜਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਮਰਦ ਪ੍ਰਧਾਨ ਸਿਨੇਮੇ ਦੇ ਵਿੱਚ ਔਰਤ ਦੀ ਵਰਤੋਂ ਸਿਰਫ ਸਹਾਇਕਾ ਦੇ ਰੂਪ ਦੇ ਵਿੱਚ ਹੀ ਹੁੰਦੀ ਹੈ, ਔਰਤ ਪੇਪਰ ਵੇਟ ਵਰਗੀ ਹੁੰਦੀ ਹੈ, ਉਦੋਂ ਸਿਨੇਮੇ ਦੇ ਵਿੱਚ ਇਹ ਧਾਰਨਾ ਸੀ ਇਹਨੂੰ ਜਿੱਥੇ ਰੱਖ ਦਿਆਂਗੇ ਉੱਥੇ ਰਹੇਗੀ, ਔਰਤ ਸਿਰਫ ਅਤੇ ਸਿਰਫ ਗਾਣਿਆਂ ਦੇ ਵਿੱਚ ਨੱਚਣ ਲਈ ਸੀ, ਔਰਤ ਸਿਰਫ ਅਤੇ ਸਿਰਫ ਰੋਮਾਂਸ ਕਰਨ ਦੇ ਲਈ ਸੀ, ਔਰਤ ਸਿਰਫ ਅਤੇ ਸਿਰਫ ਸੁਹੱਪਣ ਲਈ ਸੀ, ਉਹਨੂੰ ਸਿਰ ਤੋਂ ਪੈਰਾਂ ਤੱਕ ਤੁਸੀਂ ਦਿਖਾਉਣਾ ਕਿਉਂਕਿ ਸੋਹਣੀ ਲੱਗਦੀ ਹੈ। ਪਰ ਸ਼੍ਰੀਦੇਵੀ ਦੇ ਅੰਦਰ ਕਲਾ ਵੀ ਘੁੱਟ ਘੁੱਟ ਕੇ ਭਰੀ ਸੀ, ਸ਼੍ਰੀਦੇਵੀ ਸਿਰੇ ਦੀ ਖੂਬਸੂਰਤ ਔਰਤ ਵੀ ਸੀ, ਸ਼੍ਰੀਦੇਵੀ ਦੇ ਵਿੱਚ ਬਹੁਤ ਸਾਰੇ ਗੁਣ ਸੀ। ਹਾਲਾਂਕਿ ਹਰ ਵਿਅਕਤੀ ਦੀ ਜੀਵਨ ਸ਼ੈਲੀ ਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਵੀ ਜੁੜੇ ਹੁੰਦੇ ਆ, ਕਈ ਤਰ੍ਹਾਂ ਦੇ ਉਹਦੇ ਵਿਅਕਤੀਤਵ ਦੇ ਨਾਲ ਇਹੋ ਜਿਹੀਆਂ ਗੱਲਾਂ ਜੁੜੀਆਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਕਈ ਵਾਰ ਕਈ ਕਿਸਮ ਦੀਆਂ ਖਬਰਾਂ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਹੁੰਦੀਆਂ। ਸ਼੍ਰੀਦੇਵੀ ਦੀ ਜਦੋਂ ਮੌਤ ਹੋਈ ਦੁਬਈ ਦੇ ਵਿੱਚ, ਉਸ ਵਕਤ ਇਹ ਖਬਰ ਆਈ ਕਿ ਉਹਨੂੰ ਦਿਲ ਦਾ ਦੌਰਾ ਪਿਆ, ਕਾਰਡੀਅਕ ਅਰੈਸਟ, ਯਾਨੀ ਕਿ ਉਹਨੂੰ ਦਿਲ ਦੇ ਦੌਰੇ ਦੀ ਜਿਹੜੀ ਖਬਰ ਆਈ ਸੀ, ਅਚਾਨਕ ਦਿਲ ਦਾ ਫੇਲ ਹੋ ਜਾਣਾ ਇਹਨੂੰ ਕਹਿੰਦੇ ਆ।
ਉਸ ਤੋਂ ਬਾਅਦ ਖਬਰਾਂ ਮੀਡੀਆ ਦੇ ਵਿੱਚ ਕਈ ਕਿਸਮ ਦੀਆਂ ਆਈਆਂ। ਮਾਹਰਾਂ ਨੇ ਵੀ ਇਹ ਗੱਲ ਕਹੀ, ਜਿਹੜੇ ਦਿਲ ਦੇ ਮਾਹਰ ਆ, ਕਿ ਭਾਈ ਇਹਦੇ ਕਾਰਨ ਆਹ ਹੁੰਦੇ ਆ, ਇਹਦੇ ਪਿੱਛੇ ਆਹ ਕਾਰਨ ਵੀ ਹੋ ਸਕਦਾ, ਸ਼੍ਰੀਦੇਵੀ ਦੀ ਮੌਤ ਦੇ ਪਿੱਛੇ ਇੱਕ ਆਹ ਵਜ੍ਹਾ ਵੀ ਹੋ ਸਕਦੀ ਆ। ਪਰ ਹੁਣ ਦੁਬਈ ਤੋਂ ਜਿਹੜੀ ਰਿਪੋਰਟ ਸਾਹਮਣੇ ਆਈ ਆ, ਉਹਨੇ ਸਭ ਨੂੰ ਸੁਣ ਕਰਕੇ ਰੱਖ ਦਿੱਤਾ, ਸਭ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਸ਼੍ਰੀਦੇਵੀ ਦੀ ਮੌਤ ਦਿਲ ਦੇ ਦੌਰੇ ਨਾਲ ਨਹੀਂ ਹੋਈ, ਸ਼੍ਰੀਦੇਵੀ ਦੀ ਮੌਤ ਦਾਰੂ ਪੀਣ ਨਾਲ ਹੋਈ, ਸ਼ਰਾਬ ਪੀਣ ਦੇ ਨਾਲ ਹੋਈ ਆ। ਸ਼੍ਰੀਦੇਵੀ ਨੇ ਸ਼ਰਾਬ ਕਿਉਂ ਪੀਤੀ? ਕੀ ਸ਼੍ਰੀਦੇਵੀ ਸ਼ੁਰੂ ਤੋਂ ਦਾਰੂ ਪੀਂਦੀ ਸੀ? ਕੀ ਸ਼੍ਰੀਦੇਵੀ ਨੇ ਵੱਧ ਦਾਰੂ ਪੀ ਲਈ? ਕੀ ਉਹ ਦਾਰੂ ਦੇ ਵਿੱਚ ਹੀ ਬੇਸੁੱਧ ਹੋ ਗਈ? ਇਹ ਬਹੁਤ ਸਾਰੇ ਸਵਾਲ ਆ ਜਿਹੜੇ ਹੁਣ ਫੋਰੈਂਸਿਕ ਟੀਮ ਦੀ ਰਿਪੋਰਟ ਤੋਂ ਬਾਅਦ ਸਭ ਦੇ ਜ਼ਿਹਨ ਦੇ ਵਿੱਚ ਆ ਰਹੇ ਆ। ਸਭ ਤੋਂ ਪਹਿਲਾਂ ਉਹ ਰਿਪੋਰਟ ਸਾਂਝੀ ਕਰਦੇ ਹਾਂ ਜਿਹਦੇ ਵਿੱਚ ਕਈ ਕਿਸਮ ਦੇ ਖੁਲਾਸੇ ਕੀਤੇ ਗਏ ਆ। ਸ਼੍ਰੀਦੇਵੀ ਦੀ ਦੁਬਈ ਦੇ ਵਿੱਚ 24 ਫਰਵਰੀ ਨੂੰ ਹੋਈ ਮੌਤ ਦੇ ਰਹੱਸ ਤੋਂ ਪਰਦਾ ਉੱਠ ਗਿਆ। ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ਬਾਲੀਵੁੱਡ ਦੀ ਪਹਿਲੀ ਸੁਪਰਸਟਾਰ ਔਰਤ ਦੀ ਮੌਤ ਕਾਰਡੀਅਕ ਅਰੈਸਟ ਕਰਕੇ ਹੋਈ ਹੈ, ਪਰ ਹੁਣ ਪਤਾ ਲੱਗਾ ਕਿ ਸ਼੍ਰੀਦੇਵੀ ਦੀ ਫੋਰੈਂਸਿਕ ਰਿਪੋਰਟ ਦੇ ਵਿੱਚ ਨਵਾਂ ਖੁਲਾਸਾ ਹੋਇਆ। ਉਸ ਦੀ ਮੌਤ ਦੁਰਘਟਨਾ ਵੱਸ ਡੁੱਬਣ ਦੇ ਕਰਕੇ ਹੋਈ ਹੈ। ਇਹੀ ਨਹੀਂ, ਫੋਰੈਂਸਿਕ ਰਿਪੋਰਟ ਦੇ ਵਿੱਚ ਸ਼੍ਰੀਦੇਵੀ ਦੇ ਸਰੀਰ ਦੇ ਵਿੱਚ ਅਲਕੋਹਲ ਵੀ ਪਾਈ ਗਈ ਹੈ। UAE ਯਾਨੀ ਕਿ ਦੁਬਈ ਦੇ ਗਲਫ ਨਿਊਜ਼ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਟਵੀਟ ਦੇ ਵਿੱਚ ਇਹ ਗੱਲ ਕਹੀ ਗਈ ਕਿ ਸ਼ਰਾਬ ਦੇ ਨਸ਼ੇ ਵਿੱਚ ਸ਼੍ਰੀਦੇਵੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਬਾਥ ਟੱਬ ਯਾਨੀ ਕਿ ਨਹਾਉਣ ਵਾਲੇ ਟੱਬ ਦੇ ਵਿੱਚ ਡਿੱਗ ਪਈ, ਜਿਸ ਕਰਕੇ ਡੁੱਬਣ ਦੇ ਨਾਲ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਉਹਨਾਂ ਕਿਆਸਾਂ ਦੇ ਉੱਤੇ ਰੋਕ ਲੱਗ ਗਈ ਜਿਨ੍ਹਾਂ ਦੇ ਵਿੱਚ ਉਸ ਦੀ ਮੌਤ ਦੀ ਅਸਲ ਵਜ੍ਹਾ ਦਿਲ ਦਾ ਦੌਰਾ ਦੱਸੀ ਜਾ ਰਹੀ ਸੀ। ਹਾਲਾਂਕਿ ਖਲੀਜ ਟਾਈਮਸ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਸੀ ਕਿ ਸ਼੍ਰੀਦੇਵੀ ਦੁਬਈ ਦੇ ਜੁਮੇਰਾ ਐਮੀਰੇਟਸ ਹੋਟਲ ਦੇ ਕਮਰੇ ਦੇ ਵਿੱਚ ਸੀ ਅਤੇ ਪਤੀ ਬੋਨੀ ਕਪੂਰ ਦੇ ਨਾਲ ਡਿਨਰ ਦੇ ਉੱਤੇ ਜਾਣ ਵਾਸਤੇ ਤਿਆਰ ਹੋ ਰਹੀ ਸੀ। ਉਸ ਸਮੇਂ ਉਹ ਮਨਹੂਸ ਘੜੀ ਆਈ ਜਿਸ ਨੇ ਉਸ ਦੀ ਜਾਨ ਲੈ ਲਈ। ਰਿਪੋਰਟਾਂ ਦੇ ਮੁਤਾਬਕ ਬੋਨੀ ਕਪੂਰ ਮੁੰਬਈ ਆਉਣ ਦੇ ਲਈ ਦੁਬਈ ਛੱਡ ਚੁੱਕੇ ਸਨ, ਪਰ ਉਹ ਸ਼੍ਰੀਦੇਵੀ ਨੂੰ ਹੈਰਾਨ ਕਰਨ ਦੇ ਲਈ ਯਾਨੀ ਕਿ ਸਰਪ੍ਰਾਈਜ਼ ਦੇਣ ਵਾਸਤੇ ਵਾਪਸ ਸ਼ਨੀਵਾਰ ਨੂੰ ਦੁਬਈ ਪਰਤ ਗਏ। ਰਿਪੋਰਟ ਦੇ ਮੁਤਾਬਕ ਉਹਨਾਂ ਸ਼੍ਰੀਦੇਵੀ ਨੂੰ ਕਥਿਤ ਤੌਰ ਦੇ ਉੱਤੇ ਸ਼ਾਮੀ 5 ਵਜੇ ਜਗਾਇਆ ਅਤੇ ਉਹਨਾਂ ਨੇ ਕੁਝ ਦੇਰ ਵਾਸਤੇ ਗੱਲਬਾਤ ਵੀ ਕੀਤੀ। ਫਿਰ ਬੋਨੀ ਕਪੂਰ ਨੇ ਉਹਨਾਂ ਨੂੰ ਡਿਨਰ ਵਾਸਤੇ ਕਿਹਾ। ਸ਼੍ਰੀਦੇਵੀ ਤਿਆਰ ਹੋਣ ਵਾਸਤੇ ਬਾਥਰੂਮ ਦੇ ਵਿੱਚ ਚਲੀ ਗਈ, ਪਰ ਜਦੋਂ ਉਹ ਕੁਝ ਸਮੇਂ ਤੱਕ ਗੁਸਲਖਾਨੇ ਵਿੱਚੋਂ ਬਾਹਰ ਨਹੀਂ ਆਈ ਤਾਂ ਬੋਨੀ ਕਪੂਰ ਨੇ ਦਰਵਾਜ਼ੇ ਨੂੰ ਖੜਕਾਉਣਾ ਸ਼ੁਰੂ ਕੀਤਾ। ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਜਦੋਂ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਜਾਂ ਕੋਈ ਅੰਦਰੋਂ ਹੁੰਗਾਰਾ ਜਾਂ ਆਵਾਜ਼ ਨਹੀਂ ਆਈ ਤਾਂ ਬੋਨੀ ਕਪੂਰ ਨੇ ਪੂਰਾ ਜ਼ੋਰ ਲਗਾ ਕੇ ਦਰਵਾਜ਼ਾ ਖੋਲ੍ਹ ਦਿੱਤਾ। ਬੋਨੀ ਨੇ ਅੰਦਰ ਜਾ ਕੇ ਦੇਖਿਆ ਕਿ ਸ਼੍ਰੀਦੇਵੀ ਬਾਥ ਟੱਬ ਦੇ ਵਿੱਚ ਪਈ ਸੀ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਕਿ ਬੋਨੀ ਕਪੂਰ ਨੇ ਸ਼੍ਰੀਦੇਵੀ ਨੂੰ ਹੋਸ਼ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ ਤਾਂ ਉਹਨਾਂ ਨੇ ਆਪਣੇ ਇੱਕ ਦੋਸਤ ਨੂੰ ਸੱਦਿਆ। ਉਸ ਤੋਂ ਬਾਅਦ ਰਾਤੀ 9 ਵਜੇ ਪੁਲਿਸ ਨੂੰ ਸੂਚਨਾ ਦਿੱਤੀ ਗਈ, ਪਰ ਸ਼੍ਰੀਦੇਵੀ ਦੀ ਮੌਤ ਦੀ ਅਸਲ ਕਾਰਨ ਦਾ ਹੁਣ ਖੁਲਾਸਾ ਹੋ ਚੁੱਕਿਆ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਸ਼੍ਰੀਦੇਵੀ ਇੱਕ ਬਹੁਤ ਵਧੀਆ ਅਦਾਕਾਰਾ ਸੀ, ਬਹੁਤ ਕਮਾਲ ਦੀ ਖੂਬਸੂਰਤੀ ਦੀ ਮਾਲਕ ਸੀ ਅਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨੇ ਬਾ ਕਮਾਲ ਕੰਮ ਕੀਤਾ ਜਿਹਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ। ਉਹਦੀਆਂ ਫਿਲਮਾਂ ਵਿਚਲੇ ਨਾਚ ਗਾਣੇ ਨੂੰ ਅਸੀਂ ਹਮੇਸ਼ਾ ਆਪਣੇ ਚੇਤੇ ਦੇ ਵਿੱਚ ਵਸਾ ਕੇ ਰੱਖਾਂਗੇ ਕਿਉਂਕਿ ਉਹਦਾ ਪ੍ਰਭਾਵ ਬਹੁਤ ਗੂੜਾ ਸੀ। ਪਰ ਇੱਕ ਗੱਲ ਹੋਰ ਵੀ ਕਹਿਣੀ ਬਣਦੀ ਹੈ ਕਿ ਸ਼੍ਰੀਦੇਵੀ ਵਰਗੀ ਉਹ ਔਰਤ, ਉਹ ਅਦਾਕਾਰਾ ਜਿਹੜੀ ਆਪਣੀ ਸਿਹਤ ਦਾ ਇੰਨਾ ਜ਼ਿਆਦਾ ਖਿਆਲ ਰੱਖਦੀ ਸੀ ਕਿ ਦਿਨ ਦੇ ਵਿੱਚ 2 ਘੰਟੇ ਕਸਰਤ ਵੀ ਕਰਨੀ ਆ, ਖਾਣ ਪੀਣ ਦੇ ਵੱਲ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦੇਣਾ, ਕਿਹੜੀ ਚੀਜ਼ ਖਾਣੀ ਹੈ ਅਤੇ ਕਿਹੜੀ ਚੀਜ਼ ਨਹੀਂ ਖਾਣੀ ਇਹ ਡਾਇਟੀਸ਼ੀਅਨ ਤੈਅ ਕਰਦੇ ਸੀ ਕਿਉਂਕਿ ਉਹਨੂੰ ਆਪਣੀ ਸਿਹਤ ਦੇ ਪ੍ਰਤੀ ਫਿਕਰ ਵੀ ਬਹੁਤ ਸੀ ਅਤੇ ਉਹ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਵੀ ਸੀ। ਪਰ ਜੀਵਨ ਸ਼ੈਲੀ ਹੈ ਜਿਹੜੀ ਉਹ ਕਿਸੇ ਵੀ ਵਿਅਕਤੀ ਦੀ ਕਿਸੇ ਵੀ ਤਰੀਕੇ ਦਾ ਮੋੜ ਕੱਟ ਸਕਦੀ ਹੈ। ਬਾਲੀਵੁੱਡ ਦੇ ਵਿੱਚ ਜਾਂ ਹੋਰ ਵੱਡੇ ਲੋਕ ਨੇ ਜਿਹੜੇ ਪੈਸਾਪਤੀ ਲੋਕ ਨੇ ਜਿਹੜੇ ਅਮੀਰ ਲੋਕ ਨੇ ਉਹਨਾਂ ਦੀ ਜੀਵਨ ਸ਼ੈਲੀ ਦੇ ਵਿੱਚ ਕਈ ਕਿਸਮ ਦੇ ਵਿਗਾੜ ਵੀ ਹੁੰਦੇ ਆ। ਤੁਸੀਂ ਕਿਸੇ ਵੱਡੇ ਹੋਟਲ ਦੇ ਵਿੱਚ ਜਾ ਕੇ ਦੇਖੋ, 5 ਤਾਰਾ 7 ਤਾਰਾ ਹੋਟਲ ਦੇ ਵਿੱਚ ਤੁਹਾਨੂੰ ਬੰਦਿਆਂ ਜਿੰਨੇ ਔਰਤਾਂ ਵੀ ਦਾਰੂ ਪੀਂਦੀਆਂ ਦਿਖਾਈ ਦੇਣਗੀਆਂ। ਮੈਂ ਇਹ ਨਹੀਂ ਗੱਲ ਕਹਿੰਦਾ ਕਿ ਬੰਦਿਆਂ ਨੂੰ ਦਾਰੂ ਬਹੁਤ ਪੀਣੀ ਚਾਹੀਦੀ ਹੈ ਅਤੇ ਔਰਤਾਂ ਨੂੰ ਨਹੀਂ ਪੀਣੀ ਚਾਹੀਦੀ, ਪਰ ਹੁਣ ਔਰਤਾਂ ਵੀ ਦਾਰੂ ਪੀਂਦੀਆਂ, ਖਾਸ ਕਰਕੇ ਵੱਡੇ ਥਾਂ ਦੇ ਉੱਤੇ ਪਹੁੰਚੇ ਹੋਏ ਲੋਕ, ਕਾਰੋਬਾਰੀ ਲੋਕ ਆ ਜਿਹੜੇ ਉਹ ਦਾਰੂ ਦੇ ਵਿੱਚ ਟੁੰਨ ਰਹਿੰਦੇ ਆ, ਪਰਿਵਾਰਾਂ ਦੇ ਪਰਿਵਾਰ ਇਸ ਆਦਤ ਦੇ ਸ਼ਿਕਾਰ ਹਨ। ਸ਼੍ਰੀਦੇਵੀ ਦੇ ਬਾਬਤ ਪਹਿਲਾਂ ਵੀ ਖਬਰਾਂ ਆਉਂਦੀਆਂ ਸੀ ਕਿ ਉਹ ਸ਼ਰਾਬ ਪੀਣ ਦੀ ਆਦੀ ਹੈ, ਪਰ ਉਹ ਪਹਿਲੀ ਔਰਤ ਨਹੀਂ ਸੀ ਜਿਹੜੀ ਬਾਲੀਵੁੱਡ ਦੇ ਵਿੱਚ ਫਿਲਮੀ ਖੇਤਰ ਦੇ ਵਿੱਚ ਦਾਰੂ ਪੀਂਦੀ ਹੈ। ਬਹੁਤ ਸਾਰੀਆਂ ਲੰਘੇ ਵੇਲੇ ਦੇ ਵਿੱਚ ਹੀਰੋਇਨਾਂ ਇਹੋ ਜਿਹੀਆਂ ਹੋਈਆਂ ਅਤੇ ਬਹੁਤ ਸਾਰੀਆਂ ਵਰਤਮਾਨ ਦੇ ਵਿੱਚ ਵੀ ਹੈ ਜਿਹੜੀਆਂ ਦਾਰੂ ਤੋਂ ਬਿਨਾਂ ਬਚਦੀਆਂ ਨਹੀਂ, ਪਰ ਅਸੀਂ ਉਹਨਾਂ ਨੂੰ ਕਦੇ ਡਿੱਗਦੇ ਹੋਏ ਨਹੀਂ ਦੇਖਿਆ। ਇਹ ਉਹਨਾਂ ਦਾ ਇੱਕ ਪਰਦਾ, ਇਹ ਉਹਨਾਂ ਦੀ ਇੱਕ ਆਦਤ ਹੈ, ਉਹਨਾਂ ਦੇ ਪਰਿਵਾਰ ਵਾਲੇ ਉਹ ਖੁਦ ਕਿਵੇਂ ਨਾ ਕਿਵੇਂ ਮੈਨੇਜ ਕਰਦੇ ਆ, ਪ੍ਰਬੰਧ ਕਰਦੇ ਆ। ਪਰ ਸ਼੍ਰੀਦੇਵੀ ਦੀ ਹੁਣ ਜਦੋਂ ਮੌਤ ਦੀਆਂ ਖਬਰਾਂ ਦੇ ਵਿੱਚ ਇਹ ਗੱਲ ਜੁੜੀ ਹੈ ਕਿ ਉਹਨੇ ਨਸ਼ਾ ਕੀਤਾ ਸੀ, ਦਾਰੂ ਪੀਤੀ ਸੀ, ਕਿਉਂਕਿ ਖੂਨ ਦੀ ਜਾਂਚ ਦੇ ਵਿੱਚ ਇਹ ਪਤਾ ਲੱਗਾ ਕਿ ਖੂਨ ਦੇ ਵਿੱਚ ਅਲਕੋਹਲ ਦੀ ਮਾਤਰਾ ਸੀ। ਉਸ ਤੋਂ ਬਾਅਦ ਇਹ ਜਿਹੜੀ ਧਾਰਨਾ ਸੀ, ਇੱਕ ਹਮਦਰਦੀ ਦੀ ਜਿਹੜੀ ਗੱਲ ਸੀ, ਉਹਨੇ ਥੋੜ੍ਹਾ ਜਿਹਾ ਪਾਸਾ ਵੱਟਿਆ। ਭਾਵੇਂ ਕਿ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਮੌਤ ਦਾ ਕਾਰਨ ਕੋਈ ਵੀ ਹੋਵੇ, ਗੱਲ ਤਾਂ ਜਾਣ ਵਾਲੇ ਦੀ ਹੈ,
ਉਹਦੀ ਮਹਾਨਤਾ ਉਵੇਂ ਦੀ ਉਵੇਂ ਬਰਕਰਾਰ ਰਹਿਣੀ ਆ। ਇਸ ਕਰਕੇ ਸ਼੍ਰੀਦੇਵੀ ਦੇ ਜਾਣ ਦਾ ਦੁੱਖ ਸਭ ਨੂੰ ਹੈ, ਪਰ ਗੱਲ ਉੱਥੇ ਆ ਕੇ ਮੁੱਕਦੀ ਆ ਕਿ ਅਸੀਂ ਆਪਣੀ ਜੀਵਨ ਸ਼ੈਲੀ ਨੂੰ ਉੱਚਾ ਚੁੱਕੀਏ। ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਜਿਹੜੇ ਫਿਲਮੀ ਖੇਤਰ ਦੇ ਲੋਕ ਨੇ ਜਾਂ ਜਿਹੜੇ ਬਹੁਤ ਉੱਚੇ ਰੁਤਬੇ ਦੇ ਉੱਤੇ ਲੋਕ ਪਹੁੰਚੇ ਹੋਏ ਆ, ਜਦੋਂ ਉਹਨਾਂ ਦੇ ਉੱਤੇ ਚੜ੍ਹਾਈ ਦੇ ਦਿਨ ਪਹਿਲਾਂ ਵਰਗੇ ਨਹੀਂ ਰਹਿੰਦੇ ਤਾਂ ਫਿਰ ਉਹ ਹੌਲੀ ਹੌਲੀ ਖੁਦਕੁਸ਼ੀ ਦੇ ਵੱਲ ਵੱਧਦੇ ਆ। ਮੈਂ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ 20-22 ਇਹੋ ਜਿਹੇ ਫਿਲਮੀ ਕਲਾਕਾਰਾਂ ਦੀ ਰਿਪੋਰਟ ਪੜ੍ਹੀ ਆ, ਕਿਸੇ ਨੇ ਖੁਦਕੁਸ਼ੀ ਕੀਤੀ, ਕਿਸੇ ਨੇ ਦਾਰੂ ਵੱਧ ਪੀਣੀ ਸ਼ੁਰੂ ਕਰ ਦਿੱਤੀ, ਕਿਸੇ ਨੇ ਕੁਝ ਕੀਤਾ, ਕਿਸੇ ਨੇ ਕੁਝ ਕੀਤਾ, ਕੋਈ ਗੁੰਮਨਾਮੀ ਦੇ ਵਿੱਚ ਮੌਤ ਦੀ ਬੁੱਕਲ 'ਚ ਚਲਾ ਗਿਆ। ਇਹ ਬਹੁਤ ਸਾਰੇ ਕਾਰਨ ਹੁੰਦੇ ਆ ਜਿਹੜੇ ਬੰਦੇ ਤੋਂ ਬਰਦਾਸ਼ਤ ਨਹੀਂ ਹੁੰਦੇ। ਅੱਜ ਤੁਹਾਡੀ ਧੂਤੀ ਬੋਲਦੀ ਹੋਵੇ, ਬਾਅਦ ਦੇ ਵਿੱਚ ਤੁਹਾਡੀ ਧੂਤੀ ਪਹਿਲਾਂ ਵਰਗੀ ਨਾ ਰਹੇ, ਤੁਹਾਡੇ ਕੋਲ ਆਮਦਨ ਦੇ ਵਸੀਲੇ ਘੱਟ ਜਾਣ। ਕਈ ਲੋਕ ਤਾਂ ਮੈਨੇਜ ਕਰ ਲੈਂਦੇ ਆ, ਪਰ ਕਈਆਂ ਦੇ ਮਨ ਦੇ ਉੱਤੇ ਸੱਟ ਬਹੁਤ ਵੱਡੀ ਵੱਜਦੀ ਹੈ। ਸੋ ਇਸ ਵਕਤ ਜਦੋਂ ਸ਼੍ਰੀਦੇਵੀ ਨਹੀਂ ਤਾਂ ਉਹਦੇ ਜਾਣ ਦਾ ਗਮ ਪੂਰੀ ਦੁਨੀਆ ਦੇ ਵਿੱਚ ਹੈ, ਜਿਨ੍ਹਾਂ ਨੇ ਹਿੰਦੀ ਸਿਨੇਮੇ ਨੂੰ ਅੱਜ ਤੱਕ ਪਿਆਰ ਕੀਤਾ ਹੈ। ਪਰ ਸ਼੍ਰੀਦੇਵੀ ਦਾ ਜਾਣਾ ਦੁਖਦਾਈ ਹੈ, ਭਾਵੇਂ ਉਹਦੇ ਜਾਣ ਦਾ ਕੋਈ ਵੀ ਕਾਰਨ ਹੈ। ਖੁਲਾਸਾ ਇੱਕ ਨਵਾਂ ਹੋਇਆ ਉਹਦੀ ਮੌਤ ਦਾ, ਸਭ ਨੂੰ ਦੁੱਖ ਵੀ ਹੋਇਆ, ਅਤੇ ਆਪਾਂ ਜਾਣਦੇ ਹਾਂ ਕਿ ਬੋਲੀਵੁੱਡ ਆ ਜਿਹੜਾ ਉਹ ਪੂਰੇ ਦਾ ਪੂਰਾ ਸਦਮੇ ਦੇ ਵਿੱਚ ਹੈ, ਅਤੇ ਜਿਹੜੇ ਉਹਦੇ ਪ੍ਰਸ਼ੰਸਕ ਸੀ ਹਿੰਦੀ ਸਿਨੇਮੇ ਦੇ ਨਾਲ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਉਹ ਬੋਲੀਵੁੱਡ ਦੇ ਨਾਲੋਂ ਵੀ ਵੱਧ ਸਦਮੇ ਦੇ ਵਿੱਚ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਕਮਾਲ ਦੀ ਗੱਲ ਇਹ ਹੋਈ ਪਈ ਹੈ ਕਿ ਭਾਰਤ ਦੇ ਵਿੱਚ ਘਪਲੇਬਾਜ਼ਾਂ ਦੀ ਤੂਤੀ ਬੋਲ ਰਹੀ ਹੈ ਇਸ ਵਕਤ। ਕਦੇ ਨੀਰਵ ਮੋਦੀ ਦੀ ਗੱਲ ਛਿੜਦੀ ਹੈ, ਕਦੇ ਲਲਿਤ ਮੋਦੀ ਦੀ ਗੱਲ ਛਿੜਦੀ ਹੈ, ਕਦੇ ਵਿਜੇ ਮਾਲਿਆ ਦੀ ਗੱਲ ਛਿੜਦੀ ਹੈ। ਸੰਗਰੂਰ ਦੇ ਵਿੱਚ ਇੱਕ ਬੈਂਕ ਦੇ ਵਿੱਚ ਘਪਲੇਬਾਜ਼ੀ ਕੀਤੀ ਹੈ ਉੱਥੋਂ ਦੇ ਮੁਲਾਜ਼ਮਾਂ ਨੇ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਵੀ ਇਹੋ ਜਿਹੀਆਂ ਖਬਰਾਂ ਆਉਣ ਲੱਗ ਪਈਆਂ। ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਦੇ ਉੱਤੇ ਦੋਸ਼ ਲੱਗਿਆ ਵੀ ਉਹਨਾਂ ਦੇ ਵੱਲੋਂ ਵੀ ਲਗਭਗ 100 ਕਰੋੜ ਰੁਪਏ ਦੀ ਘਪਲੇਬਾਜ਼ੀ ਕੀਤੀ ਗਈ ਹੈ। ਕਿਸਾਨਾਂ ਦੇ ਹਿੱਤਾਂ ਦੇ ਉੱਤੇ ਡਾਕਾ ਮਾਰਿਆ ਗਿਆ ਅਤੇ ਆਪਣੀ ਜੇਬਾਂ ਜਿਹੜੀ ਉਹ ਭਰ ਲਈ ਗਈ। ਹੁਣ ਇਸ ਤੋਂ ਬਾਅਦ ਰਾਜਨੀਤੀ ਸ਼ੁਰੂ ਹੋ ਜਾਣੀ ਹੈ, ਇਸ ਗੱਲ ਦੀ ਸਾਨੂੰ ਪੱਕੀ ਗਰੰਟੀ ਹੈ। ਪਰ ਇਹ ਭਾਰਤ ਦੇ ਵਿੱਚ ਹੀ ਕਿਉਂ ਹੁੰਦਾ, ਸਭ ਤੋਂ ਵੱਡਾ ਸਵਾਲ ਇਹੀ ਹੈ। ਜੇ ਅਸੀਂ ਅਕਾਲੀ ਦਲ ਦੇ ਵੱਲ ਦੇਖਦੇ ਹਾਂ, ਉਦੋਂ ਦੇ ਬਹੁਤ ਸਾਰੇ ਮੰਤਰੀ ਆ ਜਿਹੜੇ, ਬਹੁਤ ਸਾਰੇ ਵਿਧਾਇਕ ਆ ਜਿਹੜੇ, ਉਹ ਵੱਖ ਵੱਖ ਦੋਸ਼ਾਂ ਦਾ ਸਾਹਮਣਾ ਕਰ ਰਹੇ ਆ। ਅਤੇ ਜੇਕਰ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਉਹੋ ਜਿਹੀ ਨਿਕਲਦੀ ਹੈ। ਮਤਲਬ ਇਹ ਹੈ ਵੀ ਪੱਗਾਂ ਦੇ ਰੰਗ ਬਦਲ ਜਾਂਦੇ ਆ, ਹਾਲਾਤ ਪੰਜਾਬ ਦੇ ਅਤੇ ਰਾਜਨੀਤਿਕ ਲੋਕਾਂ ਦੇ ਅਤੇ ਸੋਚ ਦੇ ਉਹੋ ਜਿਹੇ ਰਹਿੰਦੇ ਆ। ਮੈਂ ਇਸ ਗੱਲ ਦੇ ਬਾਬਤ ਵੀ ਸੋਚ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਜੇਕਰ ਕਿਸੇ ਬੰਦੇ ਦੇ ਉੱਤੇ, ਕਿਸੇ ਮੰਤਰੀ ਦੇ ਉੱਤੇ, ਕਿਸੇ ਵਿਧਾਇਕ ਅਤੇ ਕਿਸੇ ਮੈਂਬਰ ਪਾਰਲੀਮੈਂਟ ਦੇ ਉੱਤੇ ਇੱਕ ਦੋਸ਼ ਲੱਗ ਜਾਂਦਾ, ਉਹ ਆਪਣਾ ਅਸਤੀਫਾ ਆਪ ਹੀ ਸੌਂਪ ਦਿੰਦਾ ਕਿ ਆਹ ਲਓ ਜੀ ਮੇਰਾ ਅਸਤੀਫਾ, ਜੇਕਰ ਮੈਂ ਜਾਂਚ ਦੇ ਵਿੱਚ ਸ਼ੁੱਧ ਪਾਇਆ ਗਿਆ, ਮੈਨੂੰ ਕਲੀਨ ਚਿੱਟ ਮਿਲ ਗਈ ਤਾਂ ਫਿਰ ਮੈਂ ਆਪਣਾ ਅਹੁਦਾ ਸੰਭਾਲ ਲੂੰਗਾ। ਉਹ ਤਾਂ ਕਲੀਨ ਚਿੱਟ ਮਿਲਦੀ ਹੈ ਜੇਕਰ ਉਹ ਬੰਦਾ ਦੋਸ਼ੀ ਨਾ ਹੋਊਗਾ, ਉਹ ਤਾਂ ਅਸਤੀਫਾ ਦਿੰਦੇ ਆ ਤਾਂ ਜੋ ਜਾਂਚ ਦੇ ਵਿੱਚ ਕੋਈ ਪ੍ਰਕਿਰਿਆ ਦੇ ਵਿੱਚ ਵਿਘਨ ਨਾ ਪਵੇ। ਕਿਉਂਕਿ ਜਦੋਂ ਅਸੀਂ ਅਹੁਦੇ ਦੇ ਉੱਤੇ ਬੈਠੇ ਹੁੰਦੇ ਹਾਂ ਤਾਂ ਕੋਈ ਨਾ ਕੋਈ ਦਬਾਅ ਵੀ ਬਣ ਸਕਦਾ, ਇਸ ਕਰਕੇ ਅਸੀਂ ਆਮ ਹੋ ਜਾਂਦੇ ਹਾਂ ਖਾਸ ਤੋਂ। ਪਰ ਭਾਰਤ ਦੇ ਵਿੱਚ ਸਾਰਾ ਕੁਝ ਨਹੀਂ ਹੁੰਦਾ, ਇੱਥੇ ਤਾਂ ਜਿੰਨੇ ਮਰਜ਼ੀ ਦੋਸ਼ੀ ਹੋਵੋ ਫਿਰ ਵੀ ਚੋਣ ਲੜੀ ਜਾਣੀ ਹੈ। ਇੱਥੇ ਜਿੰਨੇ ਮਰਜ਼ੀ ਲੋਕ ਕਹੀ ਜਾਣ ਵੀ ਭਾਈ ਤੁਹਾਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇਣਾ ਚਾਹੀਦਾ, ਅੱਗੋਂ ਜਵਾਬ ਮਿਲਦਾ ਐਂ ਥੋੜ੍ਹੀ ਦੇਣਾ ਚਾਹੀਦਾ, ਤੁਹਾਨੂੰ ਕੌਣ ਪੁੱਛਦਾ ਹੈ, ਇਹ ਸਾਰਾ ਕੁਝ ਮਹਾਨ ਭਾਰਤ ਦੇ ਵਿੱਚ ਹੀ ਦੇਖਣ ਨੂੰ ਮਿਲਦਾ। ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਦੇ ਉੱਤੇ ਕਿਹੜੇ ਕਿਹੜੇ ਦੋਸ਼ ਲੱਗੇ ਆ ਉਹ ਤਾਂ ਸਾਡੇ ਤੱਕ ਵੇਰਵਾ ਪਹੁੰਚ ਚੁੱਕਿਆ, ਪਰ ਭਵਿੱਖੀ ਨਕਸ਼ਾ ਇਸ ਮਸਲੇ ਦਾ ਕੀ ਹੋਊਗਾ ਇਹ ਵਕਤ ਦੱਸੂਗਾ। ਅਤੇ ਜੋ ਵੇਰਵਾ ਆਇਆ ਉਹ ਇਸ ਤਰੀਕੇ ਨਾਲ ਕਿ ਓਰੀਐਂਟਲ ਬੈਂਕ ਆਫ ਕਮਰਸ ਦੇ ਵਿੱਚ ਤਕਰੀਬਨ 200 ਕਰੋੜ ਰੁਪਏ ਦੇ ਘਪਲੇ ਦਾ ਪਤਾ ਲੱਗਾ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਮਾਨ ਦਾ ਨਾਂ ਵੀ ਸ਼ਾਮਿਲ ਹੈ। ਗੁਰਪਾਲ ਸਿੰਘ ਮਾਨ ਸ਼ਿੰਬਾਵਾਲੀ ਸ਼ੂਗਰ ਮਿੱਲ ਲਿਮਟਿਡ ਦੇ ਡਿਪਟੀ MD ਹਨ। ਮਾਨ ਤੋਂ ਇਲਾਵਾ CBI ਨੇ ਮਿੱਲ ਦੇ ਚੇਅਰਮੈਨ ਗੁਰਮੀਤ ਸਿੰਘ ਅਤੇ CIO GST ਰਾਓ ਸਮੇਤ ਕਰੀਬ 10 ਵਿਅਕਤੀਆਂ ਦੇ ਉੱਤੇ ਪਰਚਾ ਦਰਜ ਕੀਤਾ। ਇਹ ਧੋਖਾਧੜੀ OBC ਦੀ ਮੇਰਠ ਬ੍ਰਾਂਚ ਦੇ ਵਿੱਚ 2011 ਵਿੱਚ ਅਤੇ ਫਿਰ 2015 ਦੇ ਵਿੱਚ ਕੀਤੀ ਗਈ। CBI ਨੇ ਦਿੱਲੀ ਅਤੇ UP ਦੇ ਵਿੱਚ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ। ਸ਼ਿੰਬਾਵਾਲੀ ਸ਼ੂਗਰ ਮਿੱਲ ਦੇਸ਼ ਦੀ ਸਭ ਤੋਂ ਵੱਡੀ ਸ਼ੂਗਰ ਕੰਪਨੀਆਂ ਦੇ ਵਿੱਚੋਂ ਇੱਕ ਹੈ। ਇਹ BSE ਦੇ ਵਿੱਚ ਦਰਜ ਹੈ। ਇਸ ਦਾ ਮਾਰਕੀਟ ਕੈਂਪ ਸਿਰਫ 63 ਕਰੋੜ ਰੁਪਏ ਹੈ। ਬੈਂਕ ਦੀ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਕਿ ਸ਼ਿੰਬਾਵਾਲੀ ਸ਼ੂਗਰ ਮਿੱਲ ਨੇ 2011 ਦੇ ਵਿੱਚ 148 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲਿਆ ਸੀ। ਇਹ ਗੰਨਾ ਕਿਸਾਨਾਂ ਦੇ ਲਈ ਲਿਆਂਦੀ ਗਈ ਯੋਜਨਾ ਤਹਿਤ ਮਨਜ਼ੂਰ ਕੀਤਾ ਗਿਆ ਸੀ। ਇਹ ਰਕਮ 5762 ਗੰਨਾ ਕਿਸਾਨਾਂ ਨੂੰ ਵਿੱਤੀ ਮਦਦ ਦੇ ਰੂਪ ਦੇ ਵਿੱਚ ਵੰਡੀ ਜਾਣੀ ਸੀ, ਪਰ ਕੰਪਨੀ ਨੇ ਇਸ ਨੂੰ ਖੁਦ ਖਰਚ ਕਰ ਲਿਆ। ਇਹ ਕਰਜ਼ 31 ਮਾਰਚ 2015 ਨੂੰ ਫਸੇ ਕਰਜ਼ NPA ਦੇ ਵਿੱਚ ਸ਼ਾਮਲ ਹੋ ਗਿਆ। ਬੈਂਕ ਨੇ 97 ਕਰੋੜ ਅਤੇ 85 ਲੱਖ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲਾਉਂਦੇ ਹੋਏ ਉਸੇ ਸਾਲ 13 ਮਈ ਨੂੰ ਰਿਜ਼ਰਵ ਬੈਂਕ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਸੀ।
इस खबर के उत्ते टिप्पणी करदे दोस्तों, पहली गल तो असं ये कहांगे कि लंघी सरकार के मौके भी बहुत सारे मसले इहोजे सामने आए भी केंद्र की सरकार के वलों रकम तो किसी होर मसले लिए भेजी जाती सी पर वरतों उदी अपने किसी होर मसले लिए कर ली जाती सी ते ओ मामला जिहड़े मामले दे लई जिहड़ी योजना के तहत वह रकम भेजी जाती सी ओ विचकार ही लटकदी रह जाती सी योजना। हुण जिहड़ी खबर आई है कोआपरेटिव बैंक के हवाले दे नाल संबंधित वह यही दसदी है कि गन्ना किसानां दी मदद दे लई उहनां नूं इह रकम देण दे लई जारी की गई सी पर बैंक के वलों जो रकम जारी की गई उहनूं मिल दे वलों अपने निजी हितां दे लई अपने होर कम्मां दे लई वरत लिया गया क्योंकि यह मामला पंजाब के मुख्यमंत्री कैप्टन अमरिंदर सिंह दे जवाई नाल जुड़िया होया इस करके इहदा पड़ुल बनना भी कुदरती है तो इहदा उछलना भी कुदरती है क्योंकि जदों किसी होर विरोधी पार्टी के किसी आगू ते दोष लगता है उदों कांग्रसी भी उस मसले का पड़ुल बनाउंदे हुंदे आ। पर सब तो वड्डी गल दोस्तों यह है कि पिछले कुछ समय के बैंकों के नाल ठगियां वजन का सिलसिला जिवें साडे सामने आउण लगा यह कोई नवीं गल नहीं है। जिहड़ा बंदा इत्थे फड़िया जांदा उह चोर है जिहड़ा नहीं फड़िया जांदा उह साध है। कैप्टन अमरिंदर सिंह इस मामले के उत्ते हुण चुप वट लैणगे इस गल की पक्की गरंटी है। जेकर अकाली दल के किसी आगू के उत्ते दोष हुंदे तां बादल परिवार ने चुप वट लैणी सी इस गल की गरंटी होनी सी ते जेकर आम आदमी पार्टी के किसी बंदे दे उत्ते दोष लगदे तां किवें ना किवें चुप अरविंद केजरीवाल होरां ने भी वट्टी रखनी सी। सो साडे भारत दे विच यह गल हाले तक मकबूल नहीं हुई ना ही प्रवानित हुई है कि जिहड़े बंदे दे उत्ते दोष लगता है जां जिहदे परिवार दे उत्ते दोष लगता है उहदे मुतलक सफाई देण दे लई कोई ना कोई सामने आवे। मैं इस गल दे उत्ते हैरान हाँ कि जेकर तुसीं जां असीं 1-2-3 लाख रुपया किसी मसले दे लई करजा चुकदे हां ते साढ़े कोलों 3600 कागजा जिहड़े ओह बैंकां दे वल्लों जमा करवाए जांदे ते किन्ने गेड़े मार मार के इनकुआरी की जाती है बैंक अधिकारियों के वलों भी की ये साडा करजा वापस कर देणगे। जेकर असीं फिर भी करजा नहीं वापस कर सकते कोई भी कारण बन जाता तो संबंधित जिहड़े रजिस्ट्री के कागज़ होंदे साढ़े बैंक के कोल पए उहदी नीलामी की प्रक्रिया शुरू हो जाती है तां जो असीं अपने करजे की व्याज की भरपाई कर सकीए। पर जिहड़े वड्डे लोग आ उहनां दे उत्ते कोई नियम ही लागू नहीं हुंदा। इह तां कैप्टन अमरिंदर सिंह दे जवाई की गल है एक सूबे दे मुख्यमंत्री दे जवाई की गल है इस करके मामला उभरिया नहीं तां नीरव मोदी वर्गे जिहड़े ਉਹ ਬਾਹਰ ਵੀ ਬੈਠੇ ਹੁਣ ਇਹ ਗੱਲ ਕਹਿੰਦੇ ਆ ਵੀ ਪੰਜਾਬ ਨੈਸ਼ਨਲ ਬੈਂਕ ਆ ਜਿਹੜੀ ਉਹਨੇ ਸਾਡੇ ਮਾਣ ਦੇ ਉੱਤੇ ਸੱਟ ਮਾਰੀ ਆ ਮੇਰੀ ਇਮੇਜ ਖਰਾਬ ਕਰ ਦਿੱਤੀ ਆ ਮੇਰੀ ਇਮੇਜ ਖਰਾਬ ਕਰ ਦਿੱਤੀ ਹੈ ਇਸ ਕਰਕੇ ਜੀ ਤੋਂ ਪੈਸੇ ਲੈਣੇ ਆ ਹੁਣ ਲੈ ਲਵੋ। ਸੋ ਕਹਿਣ ਦਾ ਭਾਵ ਇਹ ਹੈ ਕਿ ਆਮ ਬੰਦੇ ਦੇ ਲਈ ਸਥਿਤੀਆਂ ਪਰਿਸਥਿਤੀਆਂ ਹੋਰ ਹੁੰਦੀਆਂ ਅਤੇ ਵੱਡੇ ਲੋਕਾਂ ਦੇ ਲਈ ਇਹ ਹਾਲਾਤ ਹੋਰ ਕਿਸਮ ਦੇ ਹੁੰਦੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਪਰ ਪਹਿਲਾਂ ਲੈਣੇ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਆਪਾਂ ਜਾਣਦੇ ਹਾਂ ਇਸ ਵਕਤ ਸਾਰੇ ਕਿ ਅਰੂਸਾ ਆਲਮ ਦਾ ਪੰਜਾਬ ਦੇ ਨਾਲ ਰਿਸ਼ਤਾ ਕਿਹੋ ਜਿਹਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਮਿੱਤਰਤਾ ਦੇ ਚਰਚੇ ਜਿਹੜੇ ਉਹ ਸਮੇਂ-ਸਮੇਂ ਦੇ ਉੱਤੇ ਮੀਡੀਆ ਦੇ ਵੱਖ-ਵੱਖ ਅੰਗਾਂ ਦੇ ਵਿੱਚ ਉੱਠਦੇ ਰਹਿੰਦੇ ਆ। ਮਿੱਤਰਤਾ ਕਿਸੇ ਨਾਲ ਹੋਣੀ ਕੋਈ ਮਾੜੀ ਗੱਲ ਵੀ ਨਹੀਂ ਪਰ ਸੂਬੇ ਦੇ ਇੱਕ ਮੁੱਖ ਮੰਤਰੀ ਦੀ ਮਿੱਤਰਤਾ ਹੋਵੇ ਅਤੇ ਸੂਬੇ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਹਾਲੇ ਤੱਕ ਜਵਾਬਦੇਹ ਨਾ ਹੋਇਆ ਹੋਵੇ ਇਸ ਗੱਲ ਦੇ ਉੱਤੇ ਸਵਾਲ ਉੱਠਦਾ ਸਭ ਤੋਂ ਵੱਧ। ਲੋਕ ਇਹ ਵੀ ਗੱਲ ਕਹਿੰਦੇ ਆ ਵੀ ਤੁਹਾਡੀ ਮਿੱਤਰ ਇੱਕ ਆ ਤੁਹਾਡੀਆਂ ਮਿੱਤਰ ਦੋ ਆ ਸਾਡਾ ਇਸ ਗੱਲ ਨਾਲ ਕੋਈ ਤਲਕ ਨਹੀਂ ਪਰ ਜੋ ਤੁਸੀਂ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਉਹਨਾਂ ਦੇ ਪ੍ਰਤੀ ਤਾਂ ਜਵਾਬ ਦੇ ਰਹੋ ਤੁਸੀਂ ਪੰਜਾਬ ਦੇ ਵਿੱਚ ਦੌਰਾ ਹੀ ਨਹੀਂ ਕੀਤਾ ਤੁਸੀਂ ਕਿਸੇ ਦੇ ਮੱਥੇ ਹੀ ਨਹੀਂ ਲੱਗਦੇ ਇਹਦਾ ਕੀ ਕਾਰਨ ਹੈ। ਸੋ ਬਹੁਤ ਸਾਰੇ ਸਵਾਲ ਉੱਠਦੇ ਆ ਪਰ ਹੁਣ RTI ਦੇ ਰਾਹੀਂ ਜਾਣਕਾਰੀ ਮੰਗੀ ਗਈ ਕਦੇ UT ਦੇ ਪ੍ਰਸ਼ਾਸਨ ਤੋਂ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਕੋਈ ਕੁਝ ਦੱਸ ਕੇ ਹੀ ਨਹੀਂ ਰਾਜ਼ੀ ਕਿ ਅਰੂਸਾ ਆਲਮ ਕਦੋਂ ਇੱਥੇ ਆਉਂਦੀ ਹੈ ਅਤੇ ਕਦੋਂ ਚਲੀ ਜਾਂਦੀ ਹੈ ਕਿੰਨਾ ਸਮਾਂ ਉਹ ਕਿੱਥੇ ਰਹਿੰਦੀ ਹੈ। ਜਦਕਿ ਨਿਯਮਾਂ ਦੇ ਮੁਤਾਬਕ ਜਦੋਂ ਕੋਈ ਵੀ ਵਿਦੇਸ਼ੀ ਕਿਸੇ ਸੂਬੇ ਦੇ ਵਿੱਚ ਆਉਂਦਾ ਤਾਂ ਉਹਦੇ ਬਾਬਤ ਇੱਕ ਮੁਕੰਮਲ ਜਾਣਕਾਰੀ ਹੁੰਦੀ ਹੈ ਅਤੇ ਆਪਾਂ ਜਾਣਦੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਕਿਹੋ ਜਿਹੇ ਬਣੇ ਹੋਏ ਆ। ਹਾਲਾਂਕਿ ਆਮ ਲੋਕ ਆ ਜਿਹੜੇ ਉਹ ਚਾਹੁੰਦੇ ਆ ਕਿ ਅਸੀਂ ਮੁਹੱਬਤ ਦੀ ਸਾਂਝ ਦੇ ਵਿੱਚ ਰਹੀਏ ਪਰ ਰਾਜਨੀਤਿਕ ਕਾਰਨ ਬਹੁਤ ਸਾਰੇ ਅੜਿੱਕੇ ਪੈਦਾ ਕਰਦੇ ਨੇ। ਅਰੂਸਾ ਆਲਮ ਦੇ ਮੁਤਲਕ ਜਿਹੜੀ ਖਬਰ ਸਾਡੇ ਤੱਕ ਅਪੜੀ ਆ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ ਮਹਿਮਾਨ ਦੋਸਤ ਅਰੂਸਾ ਆਲਮ ਦੀ ਠਹਿਰ ਦਾ ਗੁੱਝਾ ਭੇਤ ਖੁੱਲ੍ਹਣਾ ਮੁਸ਼ਕਲ ਜਾਪਦਾ ਹੈ। ਕੋਈ ਸਰਕਾਰ ਅਤੇ ਕੋਈ ਵੀ ਅਫਸਰ ਇਸ ਪਾਕਿਸਤਾਨੀ ਔਰਤ ਦਾ ਭੇਤ ਨਸ਼ਰ ਕਰਕੇ ਖਤਰਾ ਮੁੱਲ ਲੈਣ ਨੂੰ ਤਿਆਰ ਨਹੀਂ। ਸਵਾਲ ਇਹੋ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਅਰੂਸਾ ਆਲਮ ਭਾਰਤ ਫੇਰੀ ਮੌਕੇ ਚੰਡੀਗੜ੍ਹ ਠਹਿਰਦੀ ਹੈ ਜਾਂ ਫਿਰ ਹਿਮਾਚਲ ਪ੍ਰਦੇਸ਼। ਜਦੋਂ ਹਿਮਾਚਲ ਸਰਕਾਰ ਨੂੰ RTI ਤਹਿਤ ਇਸ ਪਾਕਿਸਤਾਨੀ ਮਹਿਮਾਨ ਦੀ 1 ਜਨਵਰੀ 2016 ਤੋਂ ਹੁਣ ਤੱਕ ਠਹਿਰ ਬਾਰੇ ਪੁੱਛਿਆ ਗਿਆ ਤਾਂ ਸਰਕਾਰ ਨੇ ਇਸ ਦਾ ਜਵਾਬ ਦੇਣ ਤੋਂ ਚੁੱਪ ਵੱਟ ਲਈ। ਹਿਮਾਚਲ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਹਾੜੀ ਰਾਜ ਦੇ ਕੁਝ ਗੇੜਿਆਂ ਦੀ ਹੀ ਸੂਚਨਾ ਦਿੱਤੀ ਹੈ।
ਜਦੋਂ ਯੂਟੀ ਚੰਡੀਗੜ੍ਹ ਦੇ SSP ਨੂੰ ਪਾਕਿਸਤਾਨੀ ਮਹਿਲਾ ਦੀ ਲੰਘੇ 2 ਵਰ੍ਹਿਆਂ ਦੀ ਠਹਿਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ RTI ਦੀ ਇਹ ਦਰਖਾਸਤ DSP CID, DSP ਸਿਕਿਉਰਿਟੀ ਵਿੰਗ ਅਤੇ DSP ਹੈੱਡਕੁਆਟਰ ਕੋਲ ਭੇਜ ਦਿੱਤੀ। DSP UT ਚੰਡੀਗੜ੍ਹ ਨੇ 21 ਫਰਵਰੀ ਨੂੰ ਪੱਤਰ ਨੰਬਰ 201 ਤਹਿਤ ਪਾਕਿਸਤਾਨੀ ਔਰਤ ਦੀ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਲਿਖਿਆ ਕਿ ਇਸ ਦਾ ਤਾਲੁਕ ਬਿਊਰੋ ਆਫ ਇਮੀਗ੍ਰੇਸ਼ਨ ਦੇ ਨਾਲ ਹੈ ਅਤੇ RTI ਐਕਟ 2005 ਤਹਿਤ ਬਿਊਰੋ ਆਫ ਇਮੀਗ੍ਰੇਸ਼ਨ ਨੂੰ ਛੋਟ ਮਿਲੀ ਹੋਈ ਹੈ। UT ਪੁਲਿਸ ਨੇ ਛੋਟ ਦਾ ਹਵਾਲਾ ਦੇ ਕੇ ਪਾਕਿਸਤਾਨੀ ਮਹਿਲਾ ਦੀ ਠਹਿਰ ਦੇ ਪਤੇ ਟਿਕਾਣੇ ਠਹਿਰਨ ਦੀ ਤਰੀਕ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਗੌਰਤਲਬ ਹੈ ਕਿ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਥੋੜ੍ਹਾ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਦੇ ਹਵਾਲੇ ਨਾਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਖਤ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਕਾਰਵਾਈ ਮੰਗੀ ਸੀ। ਉਹਨਾਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉੱਤੇ ਹੋਈ ਪਾਰਟੀ ਵਿੱਚ ਰੂਸਾ ਆਲਮ ਦੀ ਸ਼ਮੂਲੀਅਤ ਹੋਣ ਦੀ ਗੱਲ ਕਹੀ ਸੀ। ਨਿਯਮਾਂ ਦੇ ਮੁਤਾਬਕ ਕਿਸੇ ਵੀ ਵਿਦੇਸ਼ੀ ਨੂੰ ਭਾਰਤ ਵਿੱਚ ਆਪਣੀ ਠਹਿਰ ਬਾਰੇ ਸੂਚਨਾ ਦੇਣੀ ਹੁੰਦੀ ਹੈ। ਪਹਿਲਾਂ ਚਰਚਾ ਸੀ ਕਿ ਰੂਸਾ ਆਲਮ ਵਾਦੀਆਂ ਦੇ ਵਿੱਚ ਇੱਕ ਜਨਮਦਿਨ ਸਮਾਰੋਹ ਦੇ ਵਿੱਚ ਸ਼ਾਮਲ ਹੋਈ ਹੈ। ਜਦੋਂ ਚੰਡੀਗੜ੍ਹ UT ਦੇ ਗ੍ਰਹਿ ਵਿਭਾਗ ਨੂੰ ਰੂਸਾ ਆਲਮ ਸੰਬੰਧੀ RTI ਪਾਈ ਗਈ ਤਾਂ ਗ੍ਰਹਿ ਵਿਭਾਗ ਨੇ ਪਹਿਲਾਂ ਤਾਂ ਪੱਤਰ ਲੈਣ ਤੋਂ ਹੀ ਇਨਕਾਰ ਕਰ ਦਿੱਤਾ, ਫਿਰ ਦਰਖਾਸਤ ਰੱਦ ਕਰ ਦਿੱਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁੰਦੇ ਨੇ ਤਾਂ ਉਦੋਂ ਉਹ ਸਟੇਟ ਮਹਿਮਾਨ ਹੁੰਦੇ ਨੇ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਲ 2017-18 ਦੌਰਾਨ ਅਮਰਿੰਦਰ ਦੇ ਬਤੌਰ ਸਟੇਟ ਮਹਿਮਾਨ ਪੁੱਜਣ ਦੀ ਬਹੁਤ ਥੋੜ੍ਹੀ ਸੂਚਨਾ RTI ਦੇ ਰਾਹੀਂ ਦਿੱਤੀ ਹੈ। ਹਿਮਾਚਲ ਸਰਕਾਰ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਅਤੇ 28 ਅਪ੍ਰੈਲ 2017 ਨੂੰ ਸ਼ਿਮਲਾ ਕਾਂਡਲੀ ਵਿੱਚ ਠਹਿਰੇ ਸਨ ਅਤੇ ਉਸ ਮਗਰੋਂ 18 ਮਈ ਤੋਂ 22 ਮਈ 2017 ਤੱਕ ਸ਼ਿਮਲਾ ਕਾਂਡਿਆਂਵਾਲੀ ਵਿਖੇ ਠਹਿਰੇ। ਸਰਕਾਰ ਨੇ 2 ਦੌਰਿਆਂ ਦੀ ਹੀ ਸੂਚਨਾ ਦਿੱਤੀ, ਜਦਕਿ ਹਿਮਾਚਲ ਸਰਕਾਰ ਨੇ ਰੂਸਾ ਆਲਮ ਦੇ ਬਾਰੇ 1% ਵੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਰੂਸਾ ਆਲਮ ਦਾ ਚਰਚਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਘੱਟ ਜਾਂ ਵੱਧ ਸਮੇਂ-ਸਮੇਂ ਦੇ ਉੱਤੇ ਛਿੜਦਾ ਰਹਿੰਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਰੂਸਾ ਆਲਮ ਅਤੇ ਕੁਝ ਇੱਕ ਹੋਰ ਜਿਹੜੇ ਕਾਂਗਰਸੀ ਸੀਨੀਅਰ ਕਾਂਗਰਸੀ ਆਗੂ ਬੈਠੇ ਸਨ, ਉਹਦੇ ਵਿੱਚ ਦਾਰੂ ਦੇ ਪਿਆਲੇ ਵੀ ਛਲਕ ਰਹੇ ਆ ਅਤੇ ਉਸ ਤੋਂ ਬਾਅਦ ਕਈ ਕਿਸਮ ਦੀਆਂ ਚਰਚਾਵਾਂ ਦਾ ਦੌਰ ਵੀ ਮਗਿਆ ਸੀ। ਉਸੇ ਵਕਤ ਹੀ ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲ ਕਹੀ ਸੀ ਵੀ ਪਾਰਟੀਆਂ ਦੇ ਵਿੱਚ ਰੂਸਾ ਆਲਮ ਸ਼ਾਮਲ ਹੋ ਰਹੀ ਹੈ ਅਤੇ ਰਾਹੁਲ ਗਾਂਧੀ ਨੂੰ ਇਹਦੇ ਮੁਤਲਕ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਸੂਬੇ ਦਾ ਮੁੱਖ ਮੰਤਰੀ ਇਸ ਤਰੀਕੇ ਨਾਲ ਮਿੱਤਰਤਾਈਆਂ ਨਿਭਾਉਂਦਾ ਹੋਵੇ, ਪਰ ਮੇਰਾ ਇਹਦੇ ਬਾਬਤ ਦੋਸਤੋ ਵਿਚਾਰ ਇਹੀ ਹੈ ਵੀ ਚਲੋ ਕਿਸੇ ਦੀ ਕੋਈ ਮਿੱਤਰ ਹੈ ਜਾਂ ਨਹੀਂ ਹੈ ਇਹ ਉਹਦੇ ਚਲੋ ਨਿੱਜੀ ਮਸਲੇ ਆ, ਪਰ ਜਿਹੜਾ ਵਿਅਕਤੀ ਸੂਬੇ ਦੀ ਅਗਵਾਈ ਕਰਦਾ ਉਹਨੂੰ ਪੰਜਾਬ ਦੇ ਲੋਕਾਂ ਦੇ ਪ੍ਰਤੀ ਤਾਂ ਜਵਾਬਦੇਹ ਰਹਿਣਾ ਚਾਹੀਦਾ। ਪੰਜਾਬ ਦੇ ਲੋਕ ਇਸ ਵਕਤ ਵਿਰਵਿਰ ਕਰ ਰਹੇ ਆ, ਪੰਜਾਬ ਦੇ ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਆ, ਕਿਸਾਨ ਆ ਜਿਹੜੇ ਉਹ ਕਰਜ਼ਾ ਮਾਫ਼ੀ ਨੂੰ ਤਰਸਦੇ ਆ, ਪੰਜਾਬ ਦੇ ਬੇਰੁਜ਼ਗਾਰ ਆ ਜਿਹੜੇ ਉਹ ਰੁਜ਼ਗਾਰ ਮੇਲਿਆਂ ਦੇ ਵਿੱਚ ਜਾ ਕੇ ਅੱਕ ਕੇ ਵਾਪਸ ਪਰਤ ਆਉਂਦੇ ਆ। ਸ਼ਗਨ ਸਕੀਮ ਦਾ ਨਾਂ ਬਦਲ ਕੇ ਰੱਖ ਦਿੱਤਾ ਗਿਆ ਸੀ ਆਸ਼ੀਰਵਾਦ ਸਕੀਮ, ਉਹਦੇ ਵਿੱਚ ਵੀ ਪਿੜ ਪੱਲੇ ਕਿਸੇ ਦੇ ਕੁਝ ਨਹੀਂ ਪੈ ਰਿਹਾ। ਇਹ ਉਹ ਮਸਲੇ ਆ ਜਿਹੜੇ ਮਸਲਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀਆਂ ਮਿੱਤਰਤਾਈਆਂ ਨਿਭਾਉਣ ਦੇ ਬਾਵਜੂਦ ਵੀ ਗੌਰ ਫਰਮਾਈ ਕਰਨੀ ਚਾਹੀਦੀ ਸੀ। ਜਦੋਂ ਤਾਂ ਮਸਲਿਆਂ ਦੀ ਗੌਰ ਫਰਮਾਈ ਕਰਨੀ ਹੁੰਦੀ ਹੈ, ਕੈਪਟਨ ਸਾਹਿਬ ਅਤੇ ਉਹਨਾਂ ਦੀ ਵਜ਼ਾਰਤ ਦੇ ਬਾਕੀ ਮੰਤਰੀ ਕਹਿ ਦਿੰਦੇ ਆ ਮਗਰਲੀ ਸਰਕਾਰ ਨੇ ਕੱਖ ਨਹੀਂ ਛੱਡਿਆ ਅਸੀਂ ਕੀ ਕਰੀਏ, ਅਤੇ ਲੋਕ ਇਹ ਗੱਲ ਕਹਿੰਦੇ ਫਿਰ ਤੁਸੀਂ ਮੁੱਖ ਮੰਤਰੀ ਬਣੇ ਕਾਹਦੇ ਲਈ ਆ, ਫਿਰ ਤੁਸੀਂ ਲੰਮੇ ਚੌੜੇ ਵਾਅਦੇ ਕਿਹੜੀ ਗੱਲੋਂ ਕਰਦੇ ਸੀ, ਕੀ ਮਿੱਤਰਤਾਈਆਂ ਪਗਾਉਣ ਦੇ ਲਈ ਕਰਦੇ ਸੀ। ਸੋ ਇਸ ਵਕਤ ਪੰਜਾਬ ਦੇ ਮਾਹੌਲ ਨੂੰ ਜਾਣਨਾ ਚਾਹੀਦਾ, ਪੰਜਾਬ ਦੀ ਸਾਰ ਲੈਣੀ ਚਾਹੀਦੀ ਹੈ, ਨਹੀਂ ਤਾਂ ਉਹ ਸਵਾਲ ਉੱਠਦੇ ਹੀ ਰਹਿਣਗੇ ਜਿਹੜੇ ਕਿ ਪਿਛਲੇ 11 ਮਹੀਨਿਆਂ ਤੋਂ ਰੁਕ ਰੁਕ ਕੇ ਉੱਠ ਰਹੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ TV ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।